ਹਰ ਕੋਈ ਬੁਮਰਾਹ ਦੇ ਇਹ ਰੂਪ ਦੇਖਣ ਲਈ ਇੰਤਜ਼ਾਰ ਕਰ ਰਿਹਾ ਸੀ। ਰਵੀ ਬਿਸ਼ਨੋਈ ਲੈਗ ਸਪਿਨਰ ਰਵੀ ਬਿਸ਼ਨੋਈ ਨੇ ਕਿਹਾ ਕਿ ਹਰ ਕੋਈ ਜਸਪ੍ਰੀਤ ਬੁਮਰਾਹ ਦਾ ਇਸ ਰੂਪ ਨੂੰ ਦੇਖਣ ਲਈ ਇੰਤਜ਼ਾਰ ਕਰ ਰਿਹਾ ਸੀ, ਜਿਸ ਨੂੰ ਸੁੱਟ ਕਾਰਨ 11 ਮਹੀਨੇ ਤੱਕ ਅੰਤਰਰਾਸ਼ਟਰੀ ਕ੍ਰਿਕਟ ਤੋਂ ਬਾਹਰ ਰਹਿਣ ਤੋਂ ਬਾਅਦ ਵਾਪਸੀ ਕੀਤੀ। ਨਿਯਮਿਤ ਕਪਤਾਨ ਹਾਰਦਿਕ ਪਾਂਡੇ ਦੇ ਗੈਰ ਮੌਜੂਦਗੀ 'ਚ ਆਇਰਲੈਂਡ ਖਿਲਾਫ ਭਾਰਤੀ T20 ਦੀ ਅਗਵਾਈ ਕਰ ਰਹੇ ਬੁਮਰਾਹ ਨੇ ਆਪਣੇ ਪਹਿਲਾਂ ਓਵਰ 'ਤੇ 2 ਵਿਕਟਾਂ ਲੈ ਕੇ ਭਾਰਤੀ ਨੂੰ ਜਿੱਤਣ ਦੀ ਨੀਂਹ ਰੱਖੀ। ਇਸ ਤੇਜ਼ ਗੇਂਦਬਾਜ਼ ਨੇ 24 ਦੌੜਾਂ ਦੇ ਕੇ ਵਿਕਟਾਂ ਲਿੱਤੀਆਂ ਅਤੇ 4 ਓਵਰਾਂ ਨੇ ਆਪਣੇ ਸਪੈਸ਼ਲ 'ਚ 16 ਗੇਂਦਾਂ 'ਚ 1 ਦੀ ਦੌੜ ਨਹੀਂ ਦਿੱਤੀ। ਵਧੇ ਹਾਂ ਅਗਲੀ ਖਬਰ 'ਤੇ। ਇੰਡੀਆ ਵਰਸਿਜ਼ ਆਇਰਲੈਂਡ ਫਸਟ T20 ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਪ੍ਰਸਿੱਧ ਦੇ ਰਿੰਕੂ ਕਰ ਰਹੇ ਡੈਬ ਭਾਰਤ ਅਤੇ ਆਇਰਲੈਂਡ ਵਿਚਾਲੇ 3 ਮੈਚ ਦੀ T20 ਸੀਰੀਜ਼ ਦਾ ਪਹਿਲਾ ਮੁਕਾਬਲਾ ਡਬਲਿਨ 'ਚ ਖੇਡਿਆ ਜਾ ਰਿਹਾ ਹੈ। ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਲਈ ਰਿੰਕੂ ਸਿੰਘ ਅਤੇ ਪ੍ਰਸਿੱਧ ਕ੍ਰਿਸ਼ਨਾ ਪਹਿਲਾਂ T20 ਅੰਤਰਰਾਸ਼ਟਰੀ ਮੈਚ ਖੇਡ ਰਹੇ ਹਨ, ਜਿਸ ਮੈਚ 'ਚ ਭਾਰਤੀ ਦੀ ਨੌਜਵਾਨ ਟੀਮ ਐਕਸ਼ਨ 'ਚ ਦਿਸੇਗੀ। ਬੁਮਰਾਹ ਅਤੇ ਸਮੈਸਨ ਨੂੰ ਛੱਡ ਕੇ ਜ਼ਿਆਦਾਤਰ ਨੌਜਵਾਨ ਖਿਡਾਰੀ ਹੀ ਇਸ ਮੈਚ 'ਤੇ ਖੇਡਣਗੇ। ਲਵਾਦੇ ਹਾਂ ਅਗਲੀ ਖਬਰ। ਕਿੰਗਜ਼ ਕੱਪ ਸੈਮੀਫਾਈਨਲ 'ਚ ਇਰਾਕ ਨਾਲ ਭਿੜੇਗਾ ਭਾਰਤ। ਭਾਰਤੀ ਪੁਰਸ਼ ਫੁੱਟਬਾਲ ਟੀਮ 49 ਕਿੰਗਜ਼ ਕੱਪ 2023 ਦੇ ਸੈਮੀਫਾਈਨਲ 'ਚ ਇਰਾਕ ਨਾਲ ਭਿੜੇਗਾ। ਥਾਈਲੈਂਡ ਦੀ ਫੁੱਟਬਾਲ ਐਸੋਸੀਏਸ਼ਨ ਨੇ ਆਯੋਜਿਤ ਪੜਾਅ ਸਮਾਰੋਹ 'ਚ ਇਸ ਗੋਲ ਦੀ ਪੁਸ਼ਟੀ ਕੀਤੀ। ਬੁੱਧਵਾਰ ਨੂੰ ਇਹ ਮੈਚ 7 ਦਸੰਬਰ ਥਾਈਲੈਂਡ ਦੇ ਚਿਆਂਗ ਮਈ ਦੇ 700 ਐਨੀਵਰਸਰੀ ਸਟੇਡੀਅਮ 'ਚ ਖੇਡਿਆ ਜਾਵੇਗਾ। ਉਸੇ ਦਿਨ ਬਾਅਦ 'ਚ ਦੂਜੇ ਸੈਮੀਫਾਈਨਲ ਵਿੱਚ ਥਾਈਲੈਂਡ ਦਾ ਸਾਹਮਣਾ ਲੈਬਨਾਨ ਨਾਲ ਹੋਵੇਗਾ। ਕਿੰਗਜ਼ ਕੱਪ 2023 ਸੈਮੀਫਾਈਨਲਸ ਦੀਆਂ ਜੇਤੂ ਟੀਮਾਂ 10 ਸਤੰਬਰ ਨੂੰ ਫਾਈਨਲ ਵਿੱਚ ਭਿੜਨਗੀਆਂ। ਹਾਰਨ ਵਾਲੀ ਟੀਮ ਤੀਜੇ ਸਥਾਨ 'ਤੇ ਪਲਾਅ ਆਫ ਵਿੱਚ ਭਿੜੇਗੀ।